ਦੋਸਤੋ ਪੰਜਾਬ ਜਿਹੜਾ ਕਿ ਇੱਕ ਖੁਸ਼ਹਾਲ ਸੂਬੇ ਵਜੋਂ ਜਾਣਿਆ ਜਾਂਦਾ ਸੀ ਤੇ ਇਸ ਦੇ ਨੌਜਵਾਨ ਹਰ ਖੇਤਰ ਦੇ ਵਿੱਚ ਮੱਲਾ ਮਾਰਦੇ ਸੀ ਅੱਜ ਉਸੇ ਪੰਜਾਬ ਦੇ ਨੌਜਵਾਨ ਨਸ਼ੇ ਦੇ ਅੱਗੇ ਗੋਡੇ ਟੇਕ ਰਹੇ ਨੇ ਲਗਾਤਾਰ ਅਖਬਾਰਾਂ ਦੇ ਵਿੱਚ ਸੁਰਖੀਆਂ ਬਣ ਰਹੀਆਂ ਨੇ ਕਿ ਨਸ਼ੇ ਦੇ ਵੱਧ ਵਰਤੋਂ ਦੇ ਕਾਰਨ ਓਵਰਡੋਜ਼ ਦੇ ਕਾਰਨ ਨੌਜਵਾਨ ਦੀ ਮੌਤ ਹੋ ਗਈ ਪਿਛਲੇ 10 ਦਿਨਾਂ ਦੀ ਗੱਲ ਕਰੀ ਤਾਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਆ ਗਈਆਂ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਅੱਗੇ ਬਹੁਤ ਸਵਾਲ ਖੜੇ ਕਰ ਦਿੱਤੇ ਕਿ ਨਸ਼ੇ ਨੂੰ ਖਤਮ ਕਰਨ ਦੀਆਂ 4 ਹਫ਼ਤਿਆਂ ਦੇ ਵਿੱਚ ਗੱਲਾਂ ਹੋ ਰਹੀਆਂ ਸੀ ਪਰ ਨਸ਼ਾ ਲਗਾਤਾਰ ਵਧਦਾ ਜਾ ਰਿਹਾ ਅਤੇ ਨੌਜਵਾਨ ਲਗਾਤਾਰ ਇਸ ਦੀ ਪਿੰਡ ਚੜ ਰਹੇ ਨੇ ਕੁਝ ਤਸਵੀਰਾਂ ਤੁਹਾਨੂੰ ਦਿਖਾਉਣਾ ਹੈ ਜਿਸ ਨੇ ਜੋ ਇੰਟਰਨੈਟ ਤੇ ਬਹੁਤ ਸਾਰੀਆਂ ਵਾਇਰਲ ਹੋ ਰਹੀਆਂ ਨੇ ਕੁਝ ਤਸਵੀਰਾਂ ਦਿਖਾ ਕੇ ਤੁਹਾਨੂੰ ਉਸ ਤੋਂ ਬਾਅਦ ਨੌਜਵਾਨਾਂ ਦੇ ਵਿੱਚ ਵਿਚਰਾਂਗੇ ਪੁੱਛਾਂਗੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਕਿ ਕਿਵੇਂ ਨਸ਼ਾ ਪੰਜਾਬ ਦੇ ਵਿੱਚ ਫੈਲ ਰਿਹਾ ਕਿਉਂ ਫੈਲ ਰਿਹਾ ਅਤੇ ਕੀ ਹੱਲ ਸਮਝਦੇ ਨੇ ਇਸ ਤੋਂ ਇਲਾਵਾ ਕੁਝ ਅਧਿਕਾਰੀਆਂ ਦੇ ਨਾਲ ਵੀ ਗੱਲ ਕਰਾਂਗੇ ਪੁੱਛਾਂਗੇ ਕਿ ਉਹਨਾਂ ਦੇ ਵੱਲੋਂ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਠੱਲ ਪਾਈ ਜਾ ਸਕੇ ਇਸ ਵਕਤ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ ਇਹਨਾਂ ਤੋਂ ਪੁੱਛਦੇ ਹਾਂ ਕਿ ਨੌਜਵਾਨਾਂ ਦੀਆਂ ਜਿਹੜੀਆਂ ਓਵਰਡੋਜ਼ ਡਰੱਗ ਦੇ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਉਹਨੂੰ ਇਹ ਕਿਦਾਂ ਦੇਖਦੇ ਨੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਅਮਰੀਕ ਸਿੰਘ ਹੈ ਜੀ ਅਮਰੀਕ ਕਿਦਾਂ ਦੇਖਦੇ ਹੋ ਤੁਸੀਂ ਕਿ ਨੌਜਵਾਨ ਲਗਾਤਾਰ ਪਿਛਲੇ ਇੱਕ ਹਫ਼ਤੇ ਦੇ ਅੰਦਰ ਹੀ 10 10-12 ਘਟਨਾਵਾਂ ਸਾਹਮਣੇ ਆ ਗਈਆਂ ਵੀ ਨੌਜਵਾਨ ਜਿਹੜੇ ਨੇ ਓਵਰਡੋਜ਼ ਦੇ ਨਾਲ ਡਰੱਗ ਦੀ ਮੌਤ ਦੇ ਘਾਟ ਇੱਕ ਹਿਸਾਬ ਨਾਲ ਉਤਰ ਰਹੇ ਨੇ ਲਗਾਤਾਰ ਜਹੀਆਂ ਘਰਨਾਵਾਂ ਸਾਹਮਣੇ ਆ ਰਹੀਆਂ ਤੁਸੀਂ ਇਹਨਾਂ ਨੂੰ ਕਿੱਦਾਂ ਦੇਖਦੇ ਆ ਸਰ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਸਟੇਟ ਦੇ ਲਈ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਜਿਹੜਾ ਪੰਜਾਬ ਦਾ ਯੂਥ ਹੈ ਨੌਜਵਾਨ ਹੈ ਉਹ ਨਸ਼ਿਆਂ ਦੀ ਪਕੜ ਵਿੱਚ ਹੈਗਾ ਚਪੇਟ 'ਚ ਹੈਗਾ ਇਹਦੇ ਅੰਦਰ ਦੇਖਿਆ ਜਾਵੇ ਤਾਂ ਇੱਕ ਤਾਂ ਸਰਕਾਰਾਂ ਦਾ ਵੀ ਕਾਫੀ ਹੱਦ ਤੱਕ ਰੋਲ ਹੈਗਾ ਕਿਉਂਕਿ ਸਰਕਾਰਾਂ ਵੱਲੋਂ ਜਿਹੜਾ ਪ੍ਰੋਪਰ ਰੂਲ ਹੈ ਲਾਅ ਹੈ ਉਹ ਨਹੀਂ ਫਾਲੋ ਕੀਤਾ ਜਾਂਦਾ ਫਿਰ ਦੂਜੀ ਗੱਲ ਆ ਜਾਂਦੀ ਹੈ ਪੰਜਾਬ ਦੇ ਜਿਹੜੇ ਅੱਜਕੱਲ ਲੱਚਰ ਗੀਤ ਹੈਗੇ ਆ ਠੀਕ ਹੈ ਇਹਨਾਂ 'ਚ ਇੰਨਾ ਜਿਆਦਾ ਨੂੰ ਪ੍ਰਮੋਟ ਕੀਤਾ ਜਾਂਦਾ ਤੇ ਲੋਕੀ ਇਹਨਾਂ ਨੂੰ ਸੁਣ ਸੁਣ ਕੇ ਇਹਨਾਂ ਨੂੰ ਵੇਖ ਵੇਖ ਕੇ ਹੀ ਆਪਣੇ ਜੀਵਨ ਵਿੱਚ ਇਹ ਚੀਜ਼ਾਂ ਸ਼ਾਮਿਲ ਕਰਦੇ ਨੇ ਤੇ ਕਿਤੇ ਨਾ ਕਿਤੇ ਸਾਡੀ ਆਪਣੀ ਜਿਹੜਾ ਸੋਸ਼ਲ ਸਰਕਲ ਹੈਗਾ ਆ ਸਮਾਜਿਕ ਉਹ ਕਾਫੀ ਹੱਦ ਤੱਕ ਇਸ ਜ਼ਿੰਮੇਦਾਰ ਹੈ ਤੁਸੀਂ ਕਿਦਾਂ ਦੇਖਦੇ ਵੀ ਆਪਾਂ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਸਰਕਾਰ ਤੇ ਸੁੱਟ ਦਿੰਦੇ ਆ ਜਾਂ ਹੋਰ ਨਾ ਆਰਗੇਨਾਈਜੇਸ਼ਨਸ ਤੇ ਸੁੱਟ ਦਿੰਦੇ ਆ ਜਿਹੜੀਆਂ ਨਸ਼ੇ ਦੇ ਖਿਲਾਫ ਕੰਮ ਕਰਦੀਆਂ ਤੁਹਾਨੂੰ ਲੱਗਦਾ ਕਿ ਘਰੋਂ ਵੀ ਕਿਤੇ ਨਾ ਕਿਤੇ ਘਰਦਿਆਂ ਨੂੰ ਵੀ ਥੋੜੀ ਆਪਣੇ ਨੌਜਵਾਨ ਬੱਚਿਆਂ ਤੇ ਥੋੜੀ ਜੀ ਨਿਗਰਾਨੀ ਰੱਖਣੀ ਚਾਹੀਦੀ ਹੈ ਕਿ ਉਹ ਕਿਹੜੇ ਗਲਤ ਪਾਸੇ ਜਾ ਰਹੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹਾਂਜੀ ਤੁਹਾਡੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਟ ਉੱਥੇ ਇੱਕ ਗੱਲ ਆ ਜਾਂਦੀ ਕਿ ਜਦੋਂ ਤੁਸੀਂ ਹਰ ਕਿਉਂਕਿ ਕੋਈ ਵੀ ਮਾ ਮਾਪੇ ਜਿਹੜਾ ਹੈਗਾ ਉਹ 24 ਘੰਟੇ ਆਪਣੇ ਬੱਚੇ ਤੇ ਮਤਲਬ ਨਿਗਰਾਨੀ ਨਹੀਂ ਰੱਖ ਸਕਦਾ ਇਹ ਇੱਕ ਕਲੈਕਟਿਵ ਐਫਰਟ ਹੋਣਾ ਚਾਹੀਦਾ ਹਰੇਕ ਆਪਣੀ ਸੁਸਾਇਟੀ ਦੇ ਜਿਹੜਾ ਵੀ ਮੈਂਬਰ ਹੈਗਾ ਆ ਅਮੀਰ ਹੈ ਗਰੀਬ ਹੈ ਭਾਵੇਂ ਜੋ ਵੀ ਹੈ ਕਿਉਂਕਿ ਜਿਹੜਾ ਨਸ਼ੇ ਵਾਲਾ ਜੋ ਮੁੱਦਾ ਹੈਗਾ ਇਹ ਹਰੇਕ ਜੋ ਹਰੇਕ ਤੱਕੇ ਦਾ ਜੋ ਬੰਦਾ ਹੈਗਾ ਉਹਨੂੰ ਇਫੈਕਟ ਕਰਦਾ ਹੈ ਤੇ ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿ ਨਿਗਰਾਨੀ ਰੱਖਣ ਦੀ ਉਹ ਵੀ ਰੱਖਣੀ ਚਾਹੀਦੀ ਹੈ ਬਟ ਕੱਲੇ ਇੱਕ ਜੇ ਤੁਸੀਂ ਕਹੋ ਕਿ ਕੋਈ ਇੱਕ ਪਾਰਟਿਕੂਲਰ ਸੈਕਸ਼ਨ ਜਿਹੜਾ ਸੁਸਾਇਟੀ ਦਾ ਹੈਗਾ ਉਹ ਇਹ ਚੀਜ਼ ਕਰੇ ਪੋਸੀਬਲ ਨਹੀਂ ਹੈਗਾ ਇਹ ਸਾਰਾ ਇੱਕ ਗਰੁੱਪ ਐਫਰਟ ਐਫਰਟ ਕਰਨਾ ਪੈਂਦਾ ਸਾਰਿਆਂ ਨੂੰ ਤਾਂ ਹੀ ਇਹ ਨਸ਼ੇ ਤੇ ਉੱਤੇ ਕਾਬੂ ਕੀਤਾ ਜਾ ਸਕਦਾ ਤੁਹਾਡੇ ਹਿਸਾਬ ਦੇ ਨਾਲ ਜੇ ਅਸੀਂ ਗੱਲ ਕਰੀਏ ਜਿਹੜਾ ਪੰਜਾਬ ਕੁਰਬਾਨੀਆਂ ਲਈ ਜਾਣਿਆ ਜਾਂਦਾ ਸੀ ਖੁਸ਼ਹਾਲ ਦੇਸ਼ ਇੱਕ ਜਾਣਿਆ ਜਾਂਦਾ ਸੀ ਸੂਬਾ ਜਾਣਿਆ ਜਾਂਦਾ ਸੀਗਾ ਖੇਤੀਬਾੜੀ ਲਈ ਜਾਣਿਆ ਜਾਂਦਾ ਸੀਗਾ ਉਸ ਸੂਬੇ ਨੂੰ ਕੌਣ ਨਸ਼ੇ ਦੇ ਚੱਕਰ ਦੇ ਵਿੱਚ ਫਸਾਰਿਆ ਦੰਦਲ ਦੇ ਵਿੱਚ ਫਸਾਰਿਆ ਤੁਹਾਡੇ ਹਿਸਾਬ ਦੇ ਨਾਲ ਸਰ ਇਸ ਵਿੱਚ ਕਾਫੀ ਫੈਕਟਰਸ ਨੇ ਇੱਕ ਤਾਂ ਦੇਖਿਆ ਜਾਵੇ ਤਾਂ ਜਿਹੜਾ ਨਸ਼ਾ ਹੈਗਾ ਉਹਦਾ ਜੇ ਤੁਸੀਂ ਰੂਟ ਦੇਖੋ ਤਾਂ ਇਹ ਜਿਹੜਾ ਪਾਕਿਸਤਾਨ ਵੱਲੋਂ ਸਪਲਾਈ ਹੁੰਦਾ ਹੈ ਠੀਕ ਹੈ ਫਿਰ ਦੂਜੀ ਗੱਲ ਇਹ ਹੈ ਕਿ ਜਿਹੜਾ ਲੋਕੀ ਬਾਹਰਲੇ ਹੋਰ ਸਟੇਟਾਂ ਤੋਂ ਮਾਈਗ੍ਰੇਟ ਹੋ ਕੇ ਆਉਂਦੇ ਉਹਨਾਂ ਦਾ ਜਿਹੜਾ ਕਲਚਰ ਹੈਗਾ ਤੇ ਉਹ ਵੀ ਕਿਸੇ ਨਾ ਕਿਸੇ ਦੇ ਰਿਸਪੌਂਸਿਬਲ ਹੈਗਾ ਪੰਜਾਬ ਦੇ ਅੰਦਰ ਨਸ਼ੇ ਨੂੰ ਲੈ ਕੇ ਆਉਣ ਦੇ ਵਿੱਚ ਕੀ ਨਾਮ ਕੀ ਤੁਹਾਡਾ ਹਰਵਿੰਦਰ ਸਿੰਘ ਹਰਵਿੰਦਰ ਕਿਦਾਂ ਦੇਖਦੇ ਹੋ ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨ ਜਿਹੜੇ ਨੇ ਨਸ਼ੇ ਦੇ ਕਰਕੇ ਆਪਣੀ ਜ਼ਿੰਦਗੀ ਜਿਹੜੀ ਹੈ ਕੀਮਤੀ ਜਾਨ ਹੈ ਉਹ ਗਵਾ ਰਹੇ ਨੇ ਤੁਹਾਨੂੰ ਕੀ ਲੱਗਦਾ ਕੌਣ ਇਹਨਾਂ ਦੇ ਪਿੱਛੇ ਹੈਗਾ ਕਿ ਇਹ ਅਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਾਂਜੀ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਇੱਕ ਕੱਲ ਨਿਊਜ਼ ਆਈ ਸੀ ਮੈਂ ਦੇਖਿਆ ਸੀ ਇੱਕ ਪਿੰਡ ਦੇ ਵਿੱਚ ਚਾਰ ਮੌਤਾਂ ਹੋਈਆਂ ਨੇ ਉਹਨਾਂ ਦੀ ਜਿਹੜੀ ਬੱਚਿਆਂ ਦੀ ਏਜ ਸੀਗੀ ਉਹ 20 ਤੋਂ ਬਿਟਵੀਨ 25 ਸੀਗੀ ਤੇ ਉਹ ਬੱਚੇ ਕੀ ਆ ਜਿਹੜਾ ਛੋਟੇ ਬੱਚੇ ਹੁੰਦੇ ਨੇ ਉਹ ਆਰਾਮਨਾਚਾਸੇ ਚ ਆ ਜਾਂਦੇ ਤਾਂ ਉਹ ਆਪਸ ਚ ਪਿੱਛੇ ਉਹਨਾਂ ਦੀ ਆਵਾਜ਼ ਆ ਰਹੀ ਸੀ ਕੀ ਅਗਰ ਅਸੀਂ ਰੋਕਦੇ ਹਾਂ ਪਿੰਡ ਵਾਲੇ ਜਿਹੜੇ ਦੂਜੇ بڑے ਲੋਕ ਸੀਗੇ ਜਿਹੜੇ ਨਿਸ਼ਾਨਾ ਨਹੀਂ ਕਰਦੇ ਜਿਹੜੇ ਸਿਆਣੇ ਸੀ ਕਹਿੰਦੇ ਜੇ ਅਸੀਂ ਰੋਕਦੇ ਹਾਂ ਤਾਂ ਇਹਨਾਂ ਦੀ ਰਿਪਲਾਈ ਆਂਦਾ ਕਿ ਸਾਨੂੰ ਪੁਲਿਸ ਦੇ ਕੇ ਜਾਂਦੀ ਹੈ ਸਭ ਤੋਂ ਇੱਕ ਬੜੀ ਗੱਲ ਇਹ ਹੈ ਤੇ ਦੂਜਾ ਇਹ ਹੈ ਕਿ ਜਦੋਂ ਜਿਹਨੇ ਸੁਧਾਰਨਾ ਹੈ ਜਿਹਨੇ ਚੀਜ਼ ਨੂੰ ਰੋਕਣਾ ਹੈ ਜਿਨੇ ਕੋਲ ਪਾਵਰ ਦਿੱਤੀ ਹੋਈ ਆ ਸਰਕਾਰਾਂ ਨੇ ਜੇ ਉਹੀ ਆ ਕੰਮਾਂ 'ਚ ਪੈ ਗਏ ਫੇਰ ਅਸੀਂ ਕੀ ਕਰ ਸਕਦੇ ਹਾਂ ਤੇ ਬਾਕੀ ਜਿੱਦਾਂ ਆਪਣੇ ਘਰਦਿਆਂ ਨੂੰ ਵੀ ਇਹ ਬਹੁਤ ਜ਼ਰੂਰੀ ਚਾਹੀਦਾ ਕਿਉਂਕਿ ਅੱਜਕੱਲ ਸਾਰੇ ਬਿਜ਼ੀ ਲਾਈਫ ਕਰਕੇ ਆਪਣੇ ਬੱਚਿਆਂ ਨੂੰ ਬਹੁਤ ਘੱਟ ਟਾਈਮ ਦਿੰਦੇ ਆ ਸ਼ਾਮ ਨੂੰ ਸਵੇਰ ਤੋਂ ਸ਼ਾਮ ਤੱਕ ਆਫਿਸ ਬੱਚੇ ਸ਼ਾਮ ਨੂੰ ਬਾਹਰ ਜਾਂਦੇ ਨੇ ਆ ਕੇ ਸੌ ਜਾਂਦੇ ਨੇ ਕਿਉਂਕਿ ਜਿੰਨੀ ਦੇਰ ਤੱਕ ਆਪਾਂ ਆਪਣੀ ਸੋਸ਼ਲ ਲਾਈਫ ਆਪਾਂ ਆਪਣੇ ਪਿਛੋਕਣ ਰੂ ਰੂ ਨਹੀਂ ਬੱਚਿਆਂ ਨੂੰ ਕਰਾਵਾਂਗੇ ਬਹੁਤ ਜ਼ਿਆਦਾ ਚਾਂਸੇ ਰਹਿੰਦੇ ਨੇ ਕਿ ਬੱਚੇ ਆਪਣੇ ਕਿਤੇ ਵੀ ਜਦਾਂ ਗਲਤ ਸੰਗਤ ਚ ਪੈ ਜਾਣ ਬਾਕੀ ਹੁੰਦਾ ਇੱਕ ਬਹੁ ਪਿੰਡਾਂ ਚ ਆਦਾ ਹੁੰਦਾ ਕਿ ਜਦਾਂ ਆਪਣੇ ਬੱਚੇ ਬਾਹਰ ਵੀ ਆਂਦੇ ਨੇ ਪੜ੍ਹਨ ਠੀਕ ਹੈ ਪਿੰਡਾਂ ਚ ਨਹੀਂ ਐਜੂਕੇਸ਼ਨ ਸਿਸਟਮ ਵਧੀਆ ਨਹੀਂ ਹੈਗਾ ਤੇ ਘਰ ਦੇ ਉਹਨਾਂ ਨਾਲ ਵੀ ਨਹੀਂ ਰਹਿਣਾ ਚਾਹੀਦਾ ਇਸ ਕਰਕੇ ਬੱਚੇ ਅਗਰ ਸ਼ੁਰੂ ਤੋਂ ਮੈਨੂੰ ਲੱਗਦਾ ਹੈ ਕਿ ਬੱਚੇ ਸ਼ੁਰੂ ਤੋਂ ਵੇਅਰ ਹੋਣ ਆ ਚੀਜ਼ਾਂ ਤੋਂ ਤਾਂ ਜ਼ਿਆਦਾ ਵਧੀਆ ਹੈ ਜੇ ਦੇਖਿਆ ਜਾਵੇ ਲਗਾਤਾਰ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਸਰਕਾਰਾਂ ਨੇ ਵੀ ਵਾਅਦੇ ਕੀਤੇ ਸੀ ਵੀ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਊਗਾ ਤੁਹਾਡੇ ਸਾਹਦੇ ਨਾਲ ਕਿੱਥੇ ਕਮੀ ਆ ਕਿੱਥੇ ਜਿਹੜੀਆਂ ਘਾਟਾਂ ਰਹਿ ਗਈਆਂ ਜਿਹਦੇ ਕਰਕੇ ਨਸ਼ਾ ਹਲੇ ਤੱਕ ਵੀ ਨੌਜਵਾਨ ਨੂੰ ਖਤਮ ਕਰਨ ਰਿਹਾ ਪੰਜਾਬ ਦੇ ਇਹ ਦੇਖੋ ਜੀ ਇਹ ਦਾ ਮੇਨ ਦਾ ਸਿਸਟਮ ਚ ਬਹੁਤ ਸਾਰੀਆਂ ਕਮੇਟੀਆਂ ਬਣਦੀਆਂ ਨੇ ਬਹੁਤ ਜ਼ਿਆਦਾ ਰੂਲਸ ਆਉਂਦੇ ਨੇ ਬਟ ਇੰਪਲੀਮੈਂਟੇਸ਼ਨ ਜ਼ੀਰੋ ਹੈ ਠੀਕ ਹੈ ਸਰਕਾਰ ਨੇ ਵਾਦੇ ਕੀਤੇ ਸੀਗੇ ਕਿ ਹੁਣ ਜਦੋਂ ਆਪਾਂ ਕੈਪਟਨ ਸਰਕਾਰ ਨੇ 4 ਹਫ਼ਤਿਆਂ ਦਾ ਵਾਅਦਾ ਕੀਤਾ ਸੀ ਕਿ 4 ਹਫ਼ਤਿਆਂ ਚ ਮੈਂ ਠੱਲ ਪਾ ਦੂੰਗਾ ਨਸ਼ੇ ਤੇ ਬਟ ਇਹਦਾ ਹਜੇ ਕੋਈ ਵੀ ਰਿਜ਼ਲਟ ਨਹੀਂ ਆ ਰਿਹਾ ਵੀਡੀਓਜ਼ ਦੇਖ ਰਹੇ ਆ ਆਪਾਂ ਰੋਜ਼ ਦੀ ਰੋਜ਼ ਨਮੀ ਤੋਂ ਨਮੀ ਵੀਡੀਓ ਆਂਦੀ ਹੈ ਹਰ ਪਿੰਡ ਦੀ ਇਹ ਚ ਮੈਨੂੰ ਲੱਗਦਾ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਸ਼ਕਤੀ ਵਰਤਣੀ ਚਾਹੀਦੀ ਹੈ ਜਿੱਦਾਂ ਪਿੰਡ ਚ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਪਿੰਡ ਚ ਸਾਰੇ ਨਸ਼ਾ ਕਰਦੇ ਆ ਤੇ ਇੱਕ ਇੱਕ ਮੈਂ ਵੀਡੀਓ ਦੇਖੀ ਸੀ ਉਹਦਾ ਸੀਗਾ ਮੁੰਡਾ ਉਹਦਾ ਏਜਡ ਬੰਦਾ ਵੀਡੀਓ ਬਣਾ ਰਿਹਾ ਸੀਗਾ ਤੇ ਉਹ ਕਹਿ ਰਿਹਾ ਸੀਗਾ ਮੇਰਾ ਪੁੱਤ ਵੀ ਨਸ਼ੇ ਕਰਦਾ ਹੈ ਠੀਕ ਹੈ ਤਾਂ ਉਹਨਾਂ ਨੂੰ ਵੀ ਚਾਹੀਦਾ ਕਿ ਪ੍ਰਸ਼ਾਸਨ ਨੂੰ ਕੰਪਲੇਨ ਕਰਨ ਤਾਂ ਫੜਨ ਤੇ ਉਹਨਾਂ ਨੂੰ ਲੈ ਕੇ ਜਾਣ ਹੁਣ ਐਨੇ ਨਸ਼ਾ ਉਹ ਛਡਾਓ ਕੇਂਦਰ ਨੇ ਉਹਨਾਂ 'ਚ ਐਡਮਿਟ ਕਰਾਉਣ ਬੱਚਿਆਂ ਨੂੰ ਤੇ ਬਹੁਤ ਜਾਰੇ ਸੋਲੂਸ਼ਨ ਹੈ ਬਟ ਇਹ ਸੋਲੂਸ਼ਨ ਤਾਂ ਹੀ ਪੋਸੀਬਲ ਨੇ ਜੇ ਆਪਣਾ ਆਪਣੇ ਘਰ ਤੋਂ ਸਟਾਰਟ ਕਰੀਏ ਆਪਾਂ ਆਪਣੇ ਇੱਕ ਜ਼ੀਰੋ ਲੈਵਲ ਤੋਂ ਸਟਾਰਟ ਕਰੀਏ ਹੁਣ ਪੁਲਿਸ ਠੱਲ ਪਾ ਸਕਦੀ ਆ ਸਿਰਫ ਸਪਲਾਈ ਨੂੰ ਠੰਡ ਠੱਲ ਪਾ ਸਕਦੀ ਆ ਜਿੱਥੋਂ ਨਸ਼ਾ ਆਂਦਾ ਹੈ ਤੇ ਲੇਕਿਨ ਜੇ ਹੁਣ ਘਰ ਚ ਕੋਈ ਕਰ ਰਿਹਾ ਉਹਨੂੰ ਨਹੀਂ ਰੋਕ ਸਕਦੀ ਹੈਗੀ ਤਾਂ ਆਪਣੇ ਘਰ ਤੋਂ ਵੀ ਬਹੁਤ ਜ਼ਰੂਰੀ ਹੈ ਇਹ ਬੰਦੇ ਨੂੰ ਬਹੁਤ ਵਧੀਆ ਗੱਲ ਕੀਤੀ ਕਿ ਘਰ ਤੋਂ ਵੀ ਸ਼ੁਰੂਆਤ ਕਰਨ ਦੀ ਲੋੜ ਹੈ ਨਸ਼ੇ ਦੀ ਸਪਲਾਈ ਰੋਕੀ ਜਾ ਸਕਦੀ ਹੈ ਪਰ ਜੇ ਡਿਮਾਂਡ ਵੱਧ ਜਾਂਦੀ ਹੈ ਤਾਂ ਉਹ ਨਸ਼ਾ ਕਦੇ ਖਤਮ ਨਹੀਂ ਹੋ ਸਕਦਾ ਕੀ ਨਾਮ ਜੀ ਤੁਹਾਡਾ ਬਲਵਿੰਦਰ ਸਿੰਘ ਬਲਵਿੰਦਰ ਕਿਦਾਂ ਦੇਖਦੇ ਹੋ ਲਗਾਤਾਰ ਨੌਜਵਾਨ ਥੋਡੇ ਵਰਗੇ ਜਿਹੜੇ ਨੇ ਮੌਤ ਦੇ ਘਾਟ ਉਤਰ ਰਹੇ ਨੇ ਤੇ ਵਜ੍ਹਾ ਸਿਰਫ ਇੱਕੋ ਹੀ ਆ ਕਿ ਚਿੱਟਾ ਪੰਜਾਬ ਦੇ ਵਿੱਚ ਜਿਹਦੇ ਕਰਕੇ ਆਪਾਂ ਅਕਸਰ ਆਪਣੀ ਬਦਨਾਮੀ ਪੰਜਾਬ ਦੀ ਹੋ ਚੁੱਕੀ ਆ ਫਿਲਮਾਂ ਬਣ ਚੁੱਕੀਆਂ ਨੇ ਕਿੱਦਾਂ ਦੇਖਦੇ ਇਸ ਚੀਜ਼ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਕਿ ਬੜੀ ਸ਼ਰਮਨਾਕ ਦੁਖਦਈ ਜਿਹੜੀ ਸਥਿਤੀ ਹੈ ਇਹ ਪੰਜਾਬ ਦੀ ਹੋ ਚੁੱਕੀ ਆ ਤੇ ਇਹਦੇ ਲਈ ਮੁੱਖ ਜਿਹੜਾ ਜ਼ਿੰਮੇਵਾਰ ਆ ਉਹ ਮੈਂ ਸਮਝਦਾ ਕਿ ਸਰਕਾਰਾਂ ਨੇ ਕਿਉਂਕਿ ਈਜ਼ੀ ਜਿਹੜੀ ਇਹ ਨਸ਼ੇ ਦੀ ਈਜ਼ੀ ਅਵੇਲੇਬਿਲਟੀ ਹੋ ਗਈ ਆ ਆਪਣੇ ਹਿੱਤ ਤੇ ਉਹ ਉਹਦੀ ਜਿਗਰ ਆਪਾਂ ਜੜ ਦੇਖੀਏ ਤਾਂ ਜੜ ਸਾਨੂੰ ਦੇਖਣ ਨੂੰ ਇਸ ਜੀ ਸ਼ਰਿਆਮ ਦੇਖਣ ਨੂੰ ਮਿਲ ਚੁੱਕੀ ਆ ਕਿ ਲਾਲ ਬੱਤੀਆਂ ਦੇ ਵਿੱਚ ਸਪਲਾਈ ਕੀਤਾ ਗਿਆ ਤਾਂ ਇਹ ਮਤਲਬ ਕਿ بڑے بڑے ਬੰਦੇ ਕਰਦੇ ਨੇ ਜੋ ਕਿ ਸਰਕਾਰਾਂ ਨਾਲ ਜਿਨ੍ਹਾਂ ਦੇ ਸਿੱਧੇ ਲਿੰਕ ਨੇ ਤੇ ਮਤਲਬ ਕਿ ਮੈਂ ਇਸ ਲਈ ਜਿਹੜਾ ਮੁੱਖ ਕਾਰਨ ਸਮਝਦਾ ਇਸ ਚੀਜ਼ ਦਾ ਤਾਂ ਮੈਂ ਸਰਕਾਰਾਂ ਨੂੰ ਇਹਦੇ ਲਈ ਬਲੇਮ ਕਰੂੰਗਾ ਤੁਹਾਡੇ ਹਿਸਾਬ ਦੇ ਨਾਲ ਜੇ ਅਸੀਂ ਗੱਲ ਕਰੀਏ ਥਲ ਪੌਣੀ ਹੋਵੇ ਨਸ਼ੇ ਨੂੰ ਨੌਜਵਾਨੋ ਤੁਸੀਂ ਨੌਜਵਾਨਾਂ ਦੇ ਵਿੱਚ ਵਿਚਰਦੇ ਹੋ ਉਹਨਾਂ ਦੇ ਨਾਲ ਵੀ ਤੁਹਾਡਾ ਬੈਠਣਾ ਉੱਠਣਾ ਹੋਣਾ ਜਿਹੜੇ ਨਸ਼ਾ ਕਰਦੇ ਨੇ ਕਿੱਦਾਂ ਰੋਕਿਆ ਜਾ ਸਕਦਾ ਸਰ ਸਭ ਤੋਂ ਪਹਿਲਾਂ ਤਾਂ ਇੱਕ ਜਿਹੜਾ ਸਾਡੇ ਕੋਲੇ ਮੁੱਖ ਸੋਰਸ ਹੁੰਦਾ এডੂਕੇਸ਼ਨ ਹੁੰਦਾ ਕਿਸੇ ਚੀਜ਼ ਨੂੰ ਮਤਲਬ ਕਿ ਜੇਕਰ ਅਸੀਂ ਸਹੀ ਪਾਸੇ ਨੂੰ ਲੈ ਕੇ ਜਾਣਾ ਤਾਂ ਮੈਨੂੰ ਮੈਨੂੰ ਲੱਗਦਾ ਕਿ ਸਕੂਲਾਂ ਦੇ ਵਿੱਚ ਇਹੋ ਜਿਹਾ ਸਿਲੇਬਸ ਇੰਟਰੋਡਿਊਸ ਕਰਨਾ ਚਾਹੀਦਾ ਜਿੱਦਾਂ ਕਿ ਆਪਾਂ ਧਾਰਮਿਕ ਪਾਸੇ ਨੂੰ ਲੈ ਕੇ ਜਾਣੇ ਆ ਤੇ ਇੰਡੀਆ ਦੇ ਵਿੱਚ ਤੁਸੀਂ ਦੇਖੋਗੇ ਕਾਫੀ ਥਾਈ ਧਾਰਮਿਕ ਸਿਲੇਬਸ ਹੈ ਜਿਹੜਾ ਸਾਡਾ ਦੁਆਰਾ ਸਕੂਲਾਂ ਦੇ ਵਿੱਚ ਲਿਆਂਦਾ ਗਿਆ ਤਾਂ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਨੂੰ ਵੀ ਲੋਡ ਹੈ ਇਹਨਾਂ ਚੀਜ਼ਾਂ ਦਾ ਲੱਗ ਤੋਂ ਮਤਲਬ ਕਿ ਇੱਕ ਅਦਾ ਸਬਜੈਕਟ ਹੋਵੇ ਤਾਂ ਕਿ ਬੱਚਿਆਂ ਨੂੰ ਅਵੇਅਰ ਕੀਤਾ ਜਾ ਸਕੇ ਇਹਨਾਂ ਇਹਨਾਂ ਦੇ ਸਿੰਪਟਮਸ ਜਾਂ ਇਹਨਾਂ ਦੇ ਜਿਹੜੇ ਆਉਣ ਵਾਲੇ ਨਤੀਜੇ ਨੇ ਉਹਨਾਂ ਤੋਂ ਜਾਣੂ ਹੋਵੇ ਸਟੂਡੈਂਟ ਤੇ ਉਸ ਤੋਂ ਬਾਅਦ ਜ਼ਿੰਮੇਵਾਰੀ ਸਰਕਾਰ ਦੀ ਜਿਹੜੇ ਰੂਲਸ ਨੇ ਨੋਰਮਸ ਨੇ ਉਹਨਾਂ ਉਹਨਾਂ ਦੀ ਇੰਪਲੀਮੈਂਟੇਸ਼ਨ ਉਹ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਗੱਲ ਕਹੀ ਕਿ ਕਿਤਨੇ ਕਿਤੇ ਆਪਣੇ ਇਤਿਹਾਸ ਤੋਂ ਜਿਹੜਾ ਨਿਸ਼ਾਨ ਸਾਡੀ ਸਿਗੀ ਮਾਨਮਤਾ ਇਤਿਹਾਸ ਸਿਗਾ ਉਹ ਤੋਂ ਜਾਣੂ ਕਰਵਾਉਣ ਦੀ ਲੋੜ ਹੈ ਜੇ ਤੁਹਾਡੇ ਹਿਸਾਬ ਦੇ ਨਾਲ ਇੱਕ ਗੱਲ ਅਸੀਂ ਇੱਕ ਨੌਜਵਾਨਾਂ ਨੂੰ ਸੁਨੇਹਾ ਦੇਣਾ ਹੋਵੇ ਤਾਂ ਕੀ ਸੁਨੇਹਾ ਹੋਊਗਾ ਤੁਹਾਡੇ ਵੱਲ ਅ ਮੈਂ ਕਹਿਣਾ ਚਾਹਾਂਗਾ ਕਿ ਇਸ ਚੀਜ਼ ਤੋਂ ਜੇਕਰ ਬਚਿਆ ਜਾ ਸਕਦਾ ਤਾਂ ਇੱਕ ਕਲੈਕਟਿਵ ਐਫਰਟ ਜਿੱਦਾਂ ਕਿ ਮੇਰੇ ਪਹਿਲੇ ਦੋਸਤ ਕਹਿ ਹੀ ਚੁੱਕੇ ਨੇ ਤੇ ਉਹ ਬਹੁਤ ਜ਼ਰੂਰੀ ਹੈ ਤੇ ਇਕ ਨਾ ਬਿੱਲਪਾਰ ਜ਼ਰੂਰੀ ਹੈ ਤੇ ਬਿੱਲਪਾਰ ਕਿਦਾਂ ਸਾਡੇ ਦੇ ਮਤਲਬ ਨਸ਼ਾ ਛੱਡਣ ਲਈ ਮੇਰੇ ਹਿਸਾਬ ਨਾਲ ਨਸ਼ਾ ਛਡਾਉ ਕੇਂਦਰ ਇੱਕ ਬਣਾਇਆ ਗਿਆ ਬਟ ਉਸ ਤੋਂ ਵੀ ਜ਼ਿਆਦਾ ਜਿਹੜਾ ਜ਼ਰੂਰੀ ਹੈ ਬੰਦੇ ਦੀ ਬਿੱਲਪਾਰ ਕਿਉਂਕਿ ਜੇ ਬੰਦੇ ਦਾ ਨਿਸ਼ਚੈ ਸਟਰੋਂਗ ਹੋਊਗਾ ਤਾਂ ਕੋਈ ਵੀ ਕੰਮ ਹੋ ਸਕਦਾ ਤੇ ਮਤਲਬ ਕਿ ਉਹਨੂੰ ਰੋਕਿਆ ਜਾ ਸਕਦਾ ਤਾਂ ਇਹੀ ਚੀਜ਼ ਹੈ ਕਿ ਬਿੱਲਪਾਰ ਜਿਹੜੀ ਉਹ ਵੱਧੋ ਵੱਧ ਇੰਪਾਰ ਕੀਤੀ ਜਾਵੇ ਪੰਜਾਬ ਜਿਹੜਾ ਕਿ ਕਿਸੇ ਸਮੇਂ ਆਪਣੇ ਖੁਸ਼ਹਾਲ ਸੂਬੇ ਲਈ ਜਾਣੇ ਜਾਂਦਾ ਸੀ ਖੁਸ਼ਹਾਲ ਮਾਹੌਲ ਲਈ ਜਾਣੇ ਜਾਂਦਾ ਸੀਗਾ ਤੇ ਇੱਥੇ ਦੀ ਜਿਹੜੀ ਖੇਤੀ ਪ੍ਰધાન ਸੂਬਾ ਸੀਗਾ ਲਗਾਤਾਰ ਖੇਤੀ ਦੇ ਵਿੱਚ ਨਿਗਾਰ ਵੀ ਆ ਰਿਹਾ ਹੈ ਤੇ ਦੂਜੇ ਪਾਸੇ ਜਿਹੜੀ ਨੌਜਵਾਨੀ ਸੀ ਜਿਹੜੇ ਉਹਨਾਂ ਦੇ ਜੁੱਸੇ ਆਪਾਂ ਕਹਿੰਦੇ ਸੀਗੇ ਵੀ ਨੌਜਵਾਨ ਜਿਹੜੇ ਪੰਜਾਬ ਦੇ ਨੇ ਉਹਨਾਂ ਦੀ ਕੋਈ ਮੁਕਾਬਲਾ ਨਹੀਂ ਪਰ ਉਹ ਨੌਜਵਾਨ ਜਿਹੜੇ ਨੇ ਚਿੱਟੇ ਦੀ ਭੇਂਟ ਚੜ ਰਹੇ ਨੇ ਲਗਾਤਾਰ ਅਜਿਹੇ ਘਟਨਾਵਾਂ ਸਾਡੇ ਸਾਹਮਣੇ ਆ ਚੁੱਕੀਆਂ ਨੇ ਬਹੁਤ ਸਾਰੀਆਂ ਵਾਰਦਾਤਾਂ ਜਿਹੜੀਆਂ ਨੇ ਲਗਾਤਾਰ ਖਬਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਕਿ ਚਿੱਟੇ ਕਾਰਨ ਆਹ ਕੰਮ ਹੋ ਗਿਆ ਚਿੱਟੇ ਕਾਰਨ ਮੌਤ ਕਰ ਦਿੱਤੀ ਗਈ ਕਤਲ ਕਰ ਦਿੱਤੇ ਗਏ ਬਹੁਤ ਸਾਰੀਆਂ ਅਜਿਹੇ ਘਟਨਾਵਾਂ ਸਾਡੇ ਜਦੋਂ ਸਾਹਮਣੇ ਆਉਂਦੀਆਂ ਤੇ ਪੰਜਾਬ ਦੇ ਮੱਥੇ ਤੇ ਕਲੰਕ ਲੱਗ ਜਾਂਦਾ ਨੌਜਵਾਨ ਸਾਡੇ ਨਾਲ ਮੌਜੂਦ ਨੇ ਕੀ ਸੋਚਦੇ ਨੇ ਕਰਨ ਕਿਦਾਂ ਦੇਖਦੇ ਵੀਰ ਲਗਾਤਾਰ ਨੌਜਵਾਨ ਥੋਡੇ ਵਰਗੇ ਨੌਜਵਾਨ ਜਿਹੜੇ ਚੰਗੇ ਆਪਾਂ ਘਰਾਂ ਦੇ ਨਾਲ ਬਿਲੋਂਗ ਕਰਦੇ ਨੇ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਨੇ ਤੇ ਕਾਰਨ ਕਿ ਨਸ਼ੇ ਦੀ ਓਵਰਡੋਸ ਕਿਦਾਂ ਦੇਖਦੇ ਜੀ ਪਹਿਲੀ ਦੀ ਗੱਲ ਹੈ ਯੂਥ ਦੇ ਵਿੱਚ એનર્ਜੀ ਬਹੁਤ ਹੁੰਦੀ ਆ ਉਹ એનર્ਜੀ ਕਿਸ ਤਰੀਕੇ ਨਾਲ ਯੂਟਿਲਾਈਜ਼ ਹੁੰਦੀ ਆ ਉਹ ਬਹੁਤ ਮਾਇਨੇ ਰੱਖਦਾ ਤੇ ਜਿਹੜੀ એનર્ਜੀ ਜਿਹੜੀ ਇਹ ਗਲਤ ਪਾਸੇ ਯੂਟਿਲਾਈਜ਼ ਹੋ ਰਹੀ ਆ ਇਹਦਾ ਮੇਨ ਮੋਟ ਕੀ ਰੀਜ਼ਨ ਕੀ ਆ ਰੀਜ਼ਨ ਹੈ ਅਨਇੰਪਲੋਇਮੈਂਟ ਸਪੋਰਟਸ ਤੋਂ ਦੂਰ ਹੋਣਾ ਜਿੰਨਾ ਬੰਦਾ ਐਜੂਕੇਸ਼ਨ ਤੋਂ ਦੂਰ ਜਾਊਗਾ ਸਪੋਰਟਸ ਤੋਂ ਦੂਰ ਜਾਊਗਾ ਉਹ ਉਨਾਂ ਹੀ ਗਲਤ ਕੰਮਾਂ ਵੱਲ ਜ਼ਿਆਦਾ ਹੋਊਗਾ ਗਵਰਨਮੈਂਟ ਨੂੰ ਇਸ ਚੀਜ਼ ਦਾ ਚਾਹੀਦਾ ਹੈ ਕਿ ਇੱਕ ਵਧੀਆ ਪਾਲਿਸੀ ਬਣਾਵੇ ਪਾਲਿਸੀ ਕਿਵੇਂ ਕਿ ਜਿੱਦਾਂ ਕੋਈ ਜਿੱਦਾਂ ਹਰਿਆਣੇ ਦੀ ਪਾਲਿਸੀ ਦੇਖਿਆ ਜਾਵੇ ਹਰਿਆਣੇ ਦੇ ਜਿਹੜੇ ਪਲੇਅਰਸ ਨੇ ਦੇਖੋ ਕਿੰਨਾ ਵਧੀਆ ਪਰਫਾਰਮ ਕਰ ਰਹੇ ਤੇ ਉੱਥੋਂ ਦਾ ਨਸ਼ਾ ਜਿਹੜਾ ਪੰਜਾਬ ਨਾਲੋਂ ਕਿਤੇ ਘੱਟ ਹੈ ਕਿਉਂ ਘੱਟ ਹੈ ਉਥੇ ਸਪੋਰਟਸਮੈਨ ਦੀ ਕਦਰ ਹੈ ਜਦੋਂ ਕਿਸੇ ਸਪੋਰਟਸ ਪਰਸਨ ਨੇ 6 ਸਾਲ ਗਾਲੇ ਹੋਣ ਕਿਤੇ ਉਹਨੂੰ ਕਿਤੇ ਨੌਕਰੀ ਨਾ ਮਿਲੇ ਉਹਨੂੰ ਕਿਤੇ ਉਹਦੀ ਸੁਣਵਾਈ ਨਾ ਕੀਤੀ ਜਾਵੇ ਉਹ ਕਿਸ ਪਾਸੇ ਜਾਊਗਾ ਉਹ ਗਲਤ ਪਾਸੇ ਜਾਊਗਾ ਉਹੀ ਗੱਲ ਹੈ એનર્ਜੀ ਬਹੁਤ ਆ ਉਹਨੂੰ ਯੂਟਿਲਾਈਜ਼ ਕਿਸ ਤਰੀਕੇ ਨਾਲ ਕਰਦੇ ਉਹ ਬਹੁਤ ਮਾਇਨੇ ਰੱਖਦਾ ਤੇ ਮੈਨੂੰ ਲੱਗਦਾ ਇਸ ਵੇਲੇ ਗਵਰਨਮੈਂਟ ਥੋੜੀ ਜੀ ਨਾਕਾਮ ਰਹਿ ਰਹੀ ਐ ਇਸ ਕੰਮ ਕਰ ਲਈ ਉਹਨਾਂ ਨੂੰ ਚਾਹੀਦਾ ਪਾਲਿਸੀ ਕੋਈ ਇਹੋ ਜੀ ਕ੍ਰੀਏਟ ਕਰੇ ਜਿਹਦੇ ਨਾਲ ਜਿਹੜੀ ਪੰਜਾਬ ਦਾ ਜਿਹੜਾ ਯੂਥ ਦੀ એનર્ਜੀ ਆ ਕਿਉਂਕਿ ਭਗਤ ਸਿੰਘ ਦੇ ਵਾਰਿਸ ਕਰਤਾਰ ਸਿੰਘ ਸਰਾਭਾ ਦੇ ਵਾਰਿਸਾਂ ਬਹੁਤ ਪੋਜ਼ਿਟਿਵ એનર્ਜੀ ਹੈਗੀ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਯ ਬਹੁਤ ਵਧੀਆ ਗੱਲ ਕੀਤੀ ਕਿ ਨੌਜਵਾਨਾਂ ਦੇ ਵਿੱਚ એનર્ਜੀ ਬਹੁਤ ਆ ਬਹੁਤ ਸਾਰੇ ਕੰਮ ਵੀ ਕਰਨਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਨੌਜਵਾਨ ਦੀ ਜੇ ਅਸੀਂ ਗੱਲ ਕਰਦੇ ਆ ਤਾਂ ਉਹ ਕੰਮ ਤੋਂ ਨਹੀਂ ਭੱਜਦੇ ਪਰ ਕੰਮ ਹੋਣਾ ਵੀ ਚਾਹੀਦਾ ਉਹਨਾਂ ਦੇ ਲਈ ਕਿਦਾਂ ਦੇਖਦੇ ਆ ਕਾਰਨ ਕੀ ਸਮਝਦੇ ਕੋਣ ਇਸ ਪੰਜਾਬ ਨੂੰ ਉਜਾੜਨ ਦੀ ਕੋਸ਼ਿਸ਼ ਕਰ ਰਿਹਾ ਤੁਹਾਡੇ ਹਿਸਾਬ ਦੇ ਨਾਲ ਕਿਉਂਕਿ ਸਿੱਧੇ ਤੌਰ ਤੇ ਦੇਖਿਆ ਜਾਵੇ ਵੱਡੇ ਪੱਧਰ ਤੇ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਹੋ ਰਹੀਆਂ ਪੰਜਾਬ ਨੂੰ ਉਜਾੜਨ ਦੀਆਂ ਉਹ ਚਾਹੇ ਨਸ਼ਾ ਹੋਵੇ ਚਾਹੇ ਹੋਰ ਤਰੀਕੇ ਅਪਣਾਏ ਜਾਣ ਕਿਦਾਂ ਦੇਖਦੇ ਆ ਜਿੱਦਾਂ ਪੰਜਾਬ ਆਪਣਾ ਐਗਰੀਕਲਚਰ ਦਾ ਸੂਬਾ ਮੈਨੂੰ ਲੱਗਦਾ ਇੱਥੇ ਇੱਕ ਫੂਡ ਪ੍ਰੋਸੈਸਿੰਗ ਦਾ ਕੰਮ ਲਿਆਉਣਾ ਚਾਹੀਦਾ ਫੂਡ ਪ੍ਰੋਸੈ ਜਿੰਨੀ ਇੰਡਸਟਰੀ ਆਪਾਂ ਲਿਆਵਾਂਗੇ ਉਨੀ ਬੇਰੋਜ਼ਗਾਰੀ ਘਟੇਗੀ ਬੇਰੋਜ਼ਗਾਰੀ ਜਿੰਨੀ ਘਟੇਗੀ ਉਨਾ ਹੀ ਆਦਮੀ ਬਿਜ਼ੀ ਰਹੇਗਾ ਗਲਤ ਪਾਸੇ ਘਟ ਧਿਆਨ ਜਾਏਗਾ ਬਾਕੀ ਗੱਲ ਕਿ ਕੌਣ ਫੈਲਾ ਰਿਹਾ ਇਹ ਤਾਂ ਜਗਜਾਹਿਰ ਹੋਇਆ ਪਿਆ ਜੀ ਸਾਰਿਆਂ ਨੂੰ ਹੀ ਪਤਾ ਇਸ ਚੀਜ਼ ਦਾ ਕਿ ਕੌਣ ਕੁਝ ਪੋਲੀਟੀਸ਼ੀਨ ਵੀ ਇਨਵੋਲਡ ਨੇ ਕਿਉਂਕਿ ਟਾਣੀਆਂ ਛਾਣਨ ਦਾ ਕੁਝ ਨਹੀਂ ਹੋਣਾ ਜੜਾਂ ਤੋਂ ਪੱਟਣਾ ਪਊਗਾ ਇਸ ਚੀਜ਼ ਨੂੰ ਜੇ ਆਪਾਂ ਪੰਜਾਬ 'ਚ ਨਸ਼ਾ ਮੁਕਤ ਕਰਨਾ ਪੰਜਾਬ ਨੂੰ ਟਾਣੀਆਂ ਵੱਢ ਕੇ ਕੁਝ ਨਹੀਂ ਹੋਣਾ ਇਹ ਨਹੀਂ ਹੈ ਕਿ ਜਿਹੜਾ ਕੰਜ਼ਿਊਮ ਕਰਦਾ ਉਹਨੂੰ ਫੜੋ ਉਹਨੂੰ ਸਮਝਾਓ 2 2 ਗ੍ਰਾਮ ਦਾ ਪਾਊਡਰ ਨਿਕਲਦਾ ਤਾਂ ਉਸ ਤੇ ਕੇਸ ਵੱਡਾ ਪੈ ਜਾਂਦਾ ਬਟ ਜਿਹੜਾ ਵੇਚਦਾ ਹੈ ਜਿਹਦੇ ਜਿੱਥੇ ਜੜ ਹੈ ਜੜ ਕਿਉਂ ਨਹੀਂ ਆਪਾਂ ਪੱਟਦੇ ਜੜ ਪਟਾਂਗੇ ਟਾਣੀਆਂ ਆਪਣੇ ਆਪ ਸੁੱਕ ਜਾਣਗੀਆਂ ਸੋ ਜੜ ਫੜਨ ਦੀ ਲੋੜ ਹੈ ਸਾਨੂੰ ਸਿੱਧੀ ਜੀ ਗੱਲ ਹੈ ਕਿ ਸਪਲਾਈ ਵੀ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਪਲਾਈ ਲਗਾਤਾਰ ਹੋ ਰਹੀ ਹੈ ਕੀ ਨਾਮ ਜੀ ਤੁਹਾਡਾ ਨਵਨੀਤ ਸਿੰਘ ਜੀ ਨਵਨੀਤ ਕਿਦਾਂ ਦੇਖਦੇ ਹੋ ਨੌਜਵਾਨ ਲਗਾਤਾਰ ਨਸ਼ੇ ਦੀ ਪੇਟ ਚੜ ਰਹੇ ਨੇ ਪੰਜਾਬ ਦਾ ਨਾਮ ਇਸ ਵਕਤ ਪੂਰੀ ਦੁਨੀਆ ਦੇ ਵਿੱਚ ਇਸ ਕਰਕੇ ਬਦਨਾਮ ਹੋ ਰਿਹਾ ਕਿ ਚਿੱਟੇ ਦੀ ਪੇਟ ਨੌਜਵਾਨ ਚੜ ਰਿਹਾ ਹੈ ਕੀ ਕਾਰਨ ਸਮਝਦੇ ਹੋ ਕਿਦਾਂ ਹੱਲ ਦੇਖਦੇ ਹੋ ਸਰ ਮੈਂ ਤਾਂ ਜਿਵੇਂ ਦੱਸਦਾ ਮੈਂ ਸਪੋਰਟਸਮੈਨ ਹਾਂ ਤੇ ਮੇਰਾ ਬਹੁਤਾ ਜਿਹੜਾ ਬਾਹਰ ਜਾਂਦਾ ਮੇਰਾ ਸਪੋਰਟਸ ਦੇ ਨਾਲ ਰਹਿੰਦਾ ਪਹਿਲਾਂ ਆਪਾਂ ਮੰਨਦੇ ਸੀਗੇ ਵੀ ਪੰਜਾਬ ਵਿੱਚ ਸਭ ਤੋਂ ਤਕੜੇ ਸਪੋਰਟਸਮੈਨ ਨਿਕਲਦੇ ਸੀਗੇ ਸਾਡਾ ਯੋਰ ਹੁੰਦਾ ਸੀਗਾ ਸਾਡੀ ਹਾਈਟ ਹੁੰਦੀ ਸੀ ਪੰਜਾਬ ਵਿੱਚ ਤੇ ਉਹ ਚੀਜ਼ਾਂ ਦਾ ਸਰ ਬਹੁਤ ਸਾਨੂੰ ਨਸ਼ੇ ਦਾ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਗੇਮ ਵਿੱਚ ਵੀ ਹੋਰ ਸਾਡੀ ਆਮ ਲਾਈਫ ਵਿੱਚ ਵੀ ਵੀ ਪਹਿਲਾਂ ਜਿੱਦਾਂ ਸਪੋਰਟਸਮੈਨ ਹੁੰਦੇ ਹੀ ਤਕੜੇ ਹੁੰਦੇ ਹੀ ਚੰਗੇ ਮੈਡਲ ਲੈਣੇ ਆਪਣੀ ਹਾਕੀ ਦੀ ਟੀਮ ਕਿੰਨੀ ਸਟਰੋਂਗ ਹੁੰਦੀ ਸੀ ਸਾਰੇ ਪੰਜਾਬ ਦੇ ਪਲੇਅਰ ਹੁੰਦੇ ਸੀ ਤੇ ਇਹ ਚੀਜ਼ ਮੈਂ ਕਹਿੰਦਾ ਵੀ ਸਰ ਹੁਣ ਗਾਂ ਇਹ ਚੀਜ਼ੇ ਵੇਖਣ ਨੂੰ ਮਿਲਦੀ ਵੀ ਪੰਜਾਬ ਦੇ ਪਲੇਅਰ ਕੋਈ ਇੰਡੀਆ ਟੀਮ ਬਣਦੀ ਆ ਤੇ ਸਾਡੇ ਪੰਜਾਬ ਦੇ ਪਲੇਅਰ ਬਹੁਤ ਘੱਟ ਹੁੰਦੇ ਸਿਰਫ ਇਹੋ ਕਰ ਕਰਕੇ ਵੀ ਉਹਨਾਂ ਨੂੰ ਜਦੋਂ ਆਪਾਂ ਵੇਖੀਦਾ ਹੋਸਟਲ ਦੇ ਵਿੱਚ ਰਹਿਦਾ ਉਹਨਾਂ ਨੂੰ ਰੂਮ ਵਿੱਚ ਚਟਾ ਕਰਦੇ ਵੇਖੀਦਾ ਨਾ ਹੋਰ ਨਸ਼ੇ ਕਰਦੇ ਵੇਖੀਦੇ ਤੇ ਉਹ ਚੀਜ਼ਾਂ ਸਾਨੂੰ ਚੰਗੀਆਂ ਨਹੀਂ ਲੱਗਦੀ ਉਹ ਤੇ ਇਹਨਾਂ ਨਾਲ ਬਹੁਤ ਫਰਕ ਪੈ ਰਿਹਾ ਸਾਡੀ ਤੁਹਾਨੂੰ ਕਾਰਨ ਕੀ ਲੱਗਦਾ ਕਿਉਂ ਨੌਜਵਾਨ ਜਿਹੜਾ ਆ ਨਸ਼ੇ ਵੱਲ ਜਾ ਰਿਹਾ ਕਿਉਂਕਿ 22-22 ਸਾਲ ਦੇ ਜਿਹੜੇ ਮੁੰਡੇ ਆ ਉਹਨਾਂ ਦੀ ਮੌਤ ਹੋ ਰਹੀ ਆ ਨਸ਼ੇ ਦੇ ਕਰਕੇ ਕੌਣ ਤੁਹਾਡੇ ਹਿਸਾਬ ਨਾਲ ਉਹਨਾਂ ਨੂੰ ਨਸ਼ਿਆਂ ਤੇ ਲਾਉਂਦਾ ਕਿੱਥੋਂ ਉਹਨਾਂ ਨੂੰ ਸਪਲਾਈ ਹੁੰਦੀ ਆ ਤੁਸੀਂ ਨੌਜਵਾਨਾਂ ਨੌਜਵਾਨਾਂ ਦੇ ਵਿੱਚ ਵਿਚਰਦੇ ਤੁਹਾਨੂੰ ਕੁਝ ਪਤਾ ਹੋਣਾ ਹੈ ਸਰ ਜਿਵੇਂ ਤੁਸੀਂ ਦੇਖੋ ਵੀ ਸਾਰਿਆਂ ਨੂੰ ਹੁਣ ਪਤਾ ਹੀ ਆ ਵੀ ਜੇ ਮੇਨ ਪਿੱਛੋਂ ਸਪੋਰਟ ਕਰਦਾ ਪਿਆ ਕੋਈ ਨਸ਼ੇ ਨੂੰ ਸਾਡੇ ਪੰਜਾਬ ਵਿੱਚ ਪ੍ਰਮੋਟ ਕਰਨ ਦੀ ਤਾਂ ਉਹ ਸਾਡੇ ਪੋਲੀਟੀਸ਼ੀਅਨਸ ਨੇ ਜੇ ਆਪਾਂ ਉਹਨਾਂ ਨੂੰ ਰੋਕੀਏ ਜੇ ਉਹ ਹੀ ਆਪ ਸਮਝਦਾਰ ਹੋ ਜਾਣ ਵੀ ਆਪਾਂ ਮਤਲਬ ਜੇ ਪੰਜਾਬ ਨੂੰ ਬਚਾਉਣਾ ਤੇ ਬਹੁਤ ਕੁਝ ਹੋ ਸਕਦਾ ਬਾਕੀ ਇਹ ਵੀ ਸਾਡੇ ਪੇਰੈਂਟਸ ਵੀ ਆਪਾਂ ਮੈਂ ਮੰਨਦਾ ਵੀ ਉਹਨਾਂ ਵੱਲੋਂ ਵੀ ਜਿਹੜੀ ਬੱਚਿਆਂ ਨੂੰ ਲੋੜ ਤੋਂ ਜ਼ਿਆਦਾ ਖੋਲ ਦਿੱਤੀ ਜਾਂਦੀ ਆ ਛੋਟੀ ਉਮਰ ਵਿੱਚ ਗੱਡੀਆਂ ਛੋਟੀ ਉਮਰ ਵਿੱਚ ਜ਼ਿਆਦਾ ਪੈਸੇ ਮਿਲਨੇ ਉਹਨਾਂ ਨੂੰ ਜਦੋਂ ਘਰੋਂ ਬਾਹਰ ਰਹਿੰਦੇ ਹੋਸਟਲ ਦੇ ਵਿੱਚ ਰਹਿੰਦੇ ਆ ਤੇ ਜ਼ਿਆਦਾ ਪੈਸੇ ਕੋਲ ਹੋਣੇ ਉਹਨਾਂ ਦੇ ਤੇ ਉਹਨਾਂ ਨੇ ਕਿਤੇ ਨਾ ਕਿਤੇ ਯੂਟਿਲਾਈਜ਼ ਤਾਂ ਕਰਨੀ ਆ ਤੇ ਮੈਂ ਮੰਨਦਾ ਵੀ ਪੇਰੈਂਟਸ ਦੀ ਖੋਲ ਤੇ ਪੋਲੀਟੀਸ਼ੀਅਨਸ ਦਾ ਜ਼ਿਆਦਾ ਰੋਲ ਆ ਜੀ ਤੇ ਮੈਂ ਇੱਕ ਚੀਜ਼ ਹੋਰ ਜੋੜਨੀ ਚਾਹਾਂਗਾ ਕਿ ਅੱਗੇ ਜੁਆਇੰਟ ਫੈਮਲੀਆ ਹੁੰਦੀਆਂ ਸੀਗੀਆਂ ਸੰਯੁਕਤ ਪਰਿਵਾਰ ਹੁੰਦੇ ਸੀਗੇ ਤੇ ਉਦੋਂ ਜਦੋਂ ਬੱਚਿਆਂ ਨੂੰ ਮਾਤਾ ਪਿਤਾ ਟਾਈਮ ਨਹੀਂ ਵੀ ਦੇ ਪਾਉਂਦੇ ਸੀ ਮਾਤਾ ਪਿਤਾ ਜਾਂ ਕਿਸੇ ਕੰਮ ਚੱਲ ਕੇ ਖੇਤੀਬਾੜੀ ਨੂੰ ਚੱਲ ਕੇ ਤਾਂ ਪਰਿਵਾਰ ਦੇ ਜਿਹੜੇ ਵੱਡੇ ਬਜ਼ੁਰਗ ਹੁੰਦੇ ਸੀ ਜਾਂ ਚਾਚੇ ਤਾਏ ਹੁੰਦੇ ਸੀ ਉਹ ਬੱਚਿਆਂ ਨੂੰ ਕੋਈ ਨਾ ਕੋਈ ਸਿੱਖਿਆ ਦਿੰਦੇ ਰਹਿੰਦੇ ਸੀ ਤੇ ਉਹਨਾਂ ਦਾ ਜਿਹੜਾ ਧਿਆਨ ਸੀਗਾ ਉਹ ਕਿਤੇ ਨਾ ਕਿਤੇ ਆਪਾਂ ਕਹਿੰਦੇ ਵੀ ਨਸ਼ਿਆਂ ਵਾਲਾ ਨਹੀਂ ਜਾਂਦਾ ਸੀਗਾ ਨਿਊਕਲੀਅਰ ਫੈਮਲੀਆ ਹੋ ਗਈਆਂ ਤੁਸੀਂ ਇਹਨੂੰ ਵੀ ਕੰਮ ਸਮਝਦੇ ਵੀ ਕਿਤੇ ਨਾ ਕਿਤੇ ਇਹ ਵੀ ਨੌਜਵਾਨਾਂ ਨੂੰ ਗਲਤ ਪਾਸੇ ਲੈ ਜਾ ਰਿਹਾ ਕੰਮ ਬਿਲਕੁਲ ਸਰ ਜਿਵੇਂ ਸਾਡੇ ਪੇਰੈਂਟਸ ਹੀ ਲਾ ਲੋ ਵੀ ਦੋਨੇ ਮਦਰ ਵੀ ਜੌਬ ਕਰਦੇ ਫਾਦਰ ਵੀ ਜੌਬ ਕਰਦੇ ਤੇ ਹੁਣ ਬੱਚਿਆਂ ਨੂੰ ਕੀ ਹੁੰਦਾ ਕਿ ਉਹ ਫ੍ਰੀ ਟਾਈਮ ਹੁੰਦਾ ਉਹਨਾਂ ਕੋਲੇ ਉਹਨਾਂ ਕੋਲੇ ਕੋਈ ਐਕਟੀਵਿਟੀ ਨਹੀਂ ਹੁੰਦੀ ਕਰਨ ਨੂੰ ਜਿਵੇਂ ਕੋਈ ਉਹਨਾਂ ਨੂੰ ਸਪੋਰਟਸ ਲੈ ਗਿਆ ਜਾਂ ਸਾਡੇ ਗ੍ਰੈਂਡਫਾਦਰ ਗ੍ਰੈਂਡਮਦਰ ਹੁੰਦੇ ਸੀਗੇ ਉਹ ਮਗਰ ਉਹਨਾਂ ਦੀ ਕੇਅਰ ਕਰਦੇ ਸੀ ਹੁਣ ਬੱਚੇ ਬਿਲਕੁਲ ਘਰੇ ਫ੍ਰੀ ਰਹਿੰਦੇ ਆ ਉਹਨਾਂ ਦਾ ਧਿਆਨ ਕੀ ਆ ਆਪਣੇ ਫਰੈਂਡਸ ਨਾਲ ਜਾਣਗੇ ਉਦਾਂ ਦੀ ਫਿਰ ਉਹਨਾਂ ਦੀ ਕੰਪਨੀ ਹੁੰਦੀ ਆ ਵੀ ਜਿੱਦਾਂ ਡਰੱਗਸ ਲੈਂਦੇ ਆ ਫਿਰ ਉਹ ਵੀ ਇੰਨਾਂ ਚੀਜ਼ਾਂ ਵਿੱਚ ਕਨਵਰਟ ਹੋ ਜਾਂਦੇ ਆਪਣੇ ਆਪ ਨੂੰ ਇਸ ਸਬੰਧ ਨਾਲ ਐਨਸੀਬੀ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀ ਅਸਿਸਟੈਂਟ ਡਾਇਰੈਕਟਰ ਐਮ ਐਸ ਬੋਪਾਰਾ ਮੋਜੂ ਨੇ ਇਹਨਾਂ ਤੋਂ ਪੁੱਛਦੇ ਆ ਕਿ ਕਿਹੜਾ ਨਸ਼ਾ ਇਸ ਵਕਤ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ ਇਹਨਾਂ ਦੇ ਵੱਲੋਂ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਜੋ ਇਹ ਨਸ਼ਾ ਜਿਹੜਾ ਨੌਜਵਾਨਾਂ ਤੱਕ ਪਹੁੰਚ ਰਿਹਾ ਉਹਨੂੰ ਕਿਸੇ ਨਾ ਕਿਸੇ ਖਤਮ ਹੀ ਕਰ ਦਿੱਤਾ ਜਾਵੇ ਸਰ ਕਿਹੜਾ ਨਸ਼ਾ ਇਸ ਵਕਤ ਨੌਜਵਾਨਾਂ ਦੇ ਲਈ ਘਾਤਕ ਸਾਬਿਤ ਹੋ ਰਿਹਾ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਨੌਜਵਾਨ ਓਵਰਡੋਸ ਦੇ ਨਾਲ ਮਰ ਰਹੇ ਨੇ ਅਖਬਾਰਾਂ ਦੀਆਂ ਤਿੰਨ ਚਾਰ ਦਿਨਾਂ ਤੋਂ ਅਸੀਂ ਜੇ ਸੁਰਖੀਆਂ ਦੇਖਦੇ ਹਾਂ ਤਾਂ ਇਸੇ ਤੇ ਬਣ ਰਹੀਆਂ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਨਾਰਮਲੀ ਐਨਸੀਬੀ ਜੋ ਹੈ ਇਹ ਸੈਂਟਰਲ ਏਜੰਸੀ ਹੈ ਔਰ ਇਹਦੇ ਅਗੇਂਸਟ ਅਸੀਂ ਡਰੱਗਸ ਦੇ ਅਗੇਂਸਟ ਜਿਹੜੀ ਸਾਡੀ ਮੁਹਿੰਮ ਹੈਗੀ ਆ ਉਹ ਲਗਾਤਾਰ ਚੱਲਦੀ ਰਹਿੰਦੀ ਹੈਗੀ ਆ ਇਹਦੇ ਚ ਸਾਡੇ ਨਾਲ ਹੋਰ ਸਟੇਟ ਪੁਲਿਸ ਤੇ ਹੋਰ ਏਜੰਸੀਜ਼ ਵੀ ਕੰਮ ਕਰਦੀਆਂ ਨੇ ਪਿਛਲੇ ਸਾਲ ਸਾਡੇ ਕੋਲ ਕਾਫੀ ਅੱਛਾ ਰਿਸਪੌਂਸ ਰਿਹਾ ਹੈਗਾ ਸਾਰੀ ਏਜੰਸੀਸ ਨੇ ਮਿਲ ਕੇ ਕਾਫੀ ਅچھے ਸੀਜ਼ਰਸ ਵੀ ਕੀਤੇ ਨੇ ਤੇ ਪੰਜਾਬ ਚ ਕਾਫੀ ਟਾਈਮ ਤੋਂ ਜਿਹੜਾ ਮੇਨ ਨਸ਼ਾ ਜਿਹੜਾ ਲੋਕਲ ਭਾਸ਼ਾ ਜਿਹਨੂੰ ਚਟਾ ਕਹਿੰਦੇ ਨੇ ਤੇ ਹੀਰੋਨ ਦਾ ਉਹਦਾ ਹੀ ਜਿਆਦਾ ਮੇਨ ਕਾਰਨ ਰਿਹਾ ਹੈਗਾ ਜਿਹਦੇ ਪਿੱਛੇ ਨਾਰਮਲੀ ਬੱਚੇ ਜਿਹੜੇ ਨੇ ਜਿਆਦਾ ਆਕਰਸ਼ਿਤ ਹੋਏ ਨੇ ਹੁਣ ਕੁਝ ਸਿੰਥੈਟਿਕ ਡਰੱਗਸ ਵਗੈਰਾ ਦਾ ਵੀ ਚਲਣ ਸ਼ੁਰੂ ਹੋ ਗਿਆ ਹੈ ਔਰ ਇਹ ਜਿਹੜੇ ਕੈਮੀਕਲ ਡਰੱਗਸ ਹੈਗੇ ਨੇ ਇਹ ਜਿਆਦਾ ਖਤਰਨਾਕ ਸਾਬਤ ਹੋ ਰਹੇ ਨੇ ਜਿਹੜੇ ਮਤਲਬ ਇੱਕ ਆਮ ਆਦਮੀ ਲਈ ਜਾਨਲੇਵਾ ਸਾਬਤ ਹੋ ਰਹੇ ਨੇ। ਸਰ ਜੀ ਥੋੜੀ ਗੱਲ ਕਰੀਏ ਤੁਹਾਡੇ ਵਿਭਾਗ ਦੇ ਵੱਲੋਂ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਬਿਊਰੋ ਦੇ ਵੱਲੋਂ ਤਾਂ ਜੋ ਨੌਜਵਾਨਾਂ ਦੇ ਤੱਕ ਜਿਹੜਾ ਨਸ਼ਾ ਪਹੁੰਚ ਰਿਹਾ ਆ ਕਿਤੇ ਨਾ ਕਿਤੇ ਉਹਨੂੰ ਪਹੁੰਚਣ ਨੂੰ ਹੀ ਕਿਤੇ ਨਾ ਕਿਤੇ ਖਤਮ ਕੀਤਾ ਜਾਵੇ। ਨਾਰਮਲੀ ਅਸੀਂ ਸਾਰੀ ਏਜੰਸੀਜ਼ ਨਾਲ ਮਿਲ ਕੇ ਕੋਆਰਡੀਨੇਟ ਕਰਕੇ ਇਨਫੋਰਮੇਸ਼ਨ ਸ਼ੇਅਰ ਕਰਕੇ ਕਿਉਂਕਿ ਐਨਸੀਬੀ ਦੇ ਲਿਮਟਿਡ ਜਗ੍ਹਾ ਦੇ ਉੱਤੇ ਆਫਿਸਿਸ ਹੈਗੇ ਨੇ। ਜੋ ਸਾਡੇ ਕੋਲ ਇਨਪੁਟਸ ਆndੀਆਂ ਨੇ ਅਸੀਂ ਉਹ ਸ਼ੇਅਰ ਕਰੀਦਾ ਦੂਸਰੀ ਏਜੰਸੀਜ਼ ਨਾਲ ਔਰ ਉਹਨਾਂ ਕੋਲ ਵੀ ਜਿਹੜੇ ਆਂਦੇ ਨੇ ਅਸੀਂ ਜੁਆਇੰਟ ਆਪਰੇਸ਼ਨਸ ਵੀ ਕਰਦੇ ਹੈਗੇ ਆ ਔਰ ਇਸ ਤਰ੍ਹਾਂ ਦੀ ਡਰਾਈਵ ਸਾਡੀ ਚਲਦੀ ਰਹਿੰਦੀ ਹੈ ਜਿਵੇਂ ਹੁਣ ਇਹ ਜਿਹੜਾ ਚੰਡੀਗੜ੍ਹ ਆਫਿਸ ਹੈ ਇਹਦੇ ਕੋਲ ਅਸੀਂ ਹਿਮਾਚਲ ਵੀ ਦੇਖ ਰਹੇ ਹਾਂ ਪੰਜਾਬ ਵੀ ਦੇਖ ਰਹੇ ਹਾਂ ਔਰ ਹਰਿਆਣੇ ਦਾ ਕੁਝ ਹਿੱਸਾ ਸਾਡੇ ਕੋਲ ਹੈਗਾ ਹੁਣ ਅਗਲੇ ਮਹੀਨੇ ਤੋਂ ਕਿਉਂਕਿ ਹਿਮਾਚਲ ਤੋਂ ਚਰਸ ਬਹੁਤ ਆਂਦੀ ਹੈਗੀ ਹੈ ਤੇ ਉਹਦੇ ਕੈਨੇਬਸ ਨੂੰ ਡਿਸਟਰਕਸ਼ਨ ਦਾ ਪ੍ਰੋਗਰਾਮ ਵੀ ਜਿਹੜਾ ਹੈਗਾ ਹਿਮਾਚਲਪੁਰ ਲਿਸਨ ਦੇ ਨਾਲ ਸਾਡਾ ਸ਼ੁਰੂ ਹੋਣ ਵਾਲਾ ਹੈਗਾ ਸਾਡੇ ਕੁਝ ਦਿਨ ਪਹਿਲਾਂ ਹੀ ਡੀਜੀਪੀ ਜਿਹੜੇ ਸਾਡੇ ਹੈਗੇ ਨੇ ਐਨਸੀਬੀ ਦੇ ਡੀਜੀ ਸਾਹਿਬ ਔਰ ਡੀਜੀਪੀ ਹਿਮਾਚਲ ਦੇ ਵਿੱਚ ਮੀਟਿੰਗ ਹੋਈ ਹੈ ਕਿ ਨੈਕਸਟ ਮੰਥ ਤੋਂ ਉਹਦੇ ਵੀ ਅਸੀਂ ਇੱਕ ਡਰਾਈਵ ਉੱਥੇ ਸ਼ੁਰੂ ਕਰਨ ਵਾਲੇ ਆਂ ਪੰਜਾਬ ਦਾ ਜਿੱਥੇ ਤੱਕ ਸਾਡਾ ਅਮਰitsar ਆਫਿਸ ਹੈਗਾ ਤੇ ਪਿਛਲੇ ਹਫਤੇ ਵੀ ਉਹਨਾਂ ਨੇ ਹੀਰੋਇਨ ਪਕੜੀ ਹੈਗੀ ਉਹਨਾਂ ਦੀ ਆਪਦੀ ਇਨਫੋਰਮੇਸ਼ਨ ਆ ਬੀਐਸਐਫ ਦੇ ਨਾਲ ਮਿਲ ਕੇ ਤੇ ਸਾਡੇ ਇਸ ਤਰ੍ਹਾਂ ਦੇ ਸਾਂਝੇ ਆਪਰੇਸ਼ਨਸ ਚੱਲਦੇ ਰਹਿੰਦੇ ਹੈਗੇ ਤੇ ਅਸੀਂ ਇਸ ਮੁਹਿੰਮ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਹਾਂ ਤੁਹਾਡੇ ਹਿਸਾਬ ਦੇ ਨਾਲ ਕਿਹੜੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਤਾਂ ਜੋ ਜਿਹੜਾ ਨਸ਼ਾ ਆ ਇਹਨੂੰ ਜ਼ਮੀਨੀ ਪੱਧਰ ਤੋਂ ਹੀ ਖਤਮ ਕਰ ਦਿੱਤਾ ਜਾਵੇ ਪਰਿਵਾਰਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ ਕਿਉਂਕਿ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਇਸ ਨਸ਼ੇ ਦੇ ਕਾਰਨ ਉਜੜ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹਾਲਾਤ ਲੱਗ ਰਹੇ ਨੇ ਹੋਰ ਵੀ ਉਜੜਨਗੇ ਕਿੱਦਾਂ ਬਚਾਇਆ ਜਾ ਸਕਦਾ ਤੁਹਾਡੀ ਲੋਕਾਂ ਨੂੰ ਕੀ ਸੁਝਾਅ ਨਾਰਮਲੀ ਦੇਖੋ ਸੋਸਾਇਟੀ ਦੇ ਵਿੱਚ ਕੋਈ ਵੀ ਬਰਾਈ ਹੈਗੀ ਆ ਉਹ ਸਮਾਜ ਦੇ ਵਿੱਚ ਜਦੋਂ ਉੱਠਦੀ ਹੈਗੀ ਆ ਉਹ ਚ ਪੂਰਾ ਸਮਾਜ ਹੀ ਰਿਸਪਾਂਸਿਬਲ ਹੁੰਦਾ ਹੈਗਾ ਕਿਉਂਕਿ ਸਭ ਦਾ ਆਪਣਾ ਆਪਣਾ ਯੋਗਦਾਨ ਹੁੰਦਾ ਹੈਗਾ ਕਿ ਉਹਨਾਂ ਨੇ ਕੀ ਕਰਨਾ ਹੈ ਜਾਂ ਉਸ ਦੇ ਵਿੱਚ ਉਹ ਚ ਟੀਚਰਸ ਦਾ ਆਪਣਾ ਰੋਲ ਹੈਗਾ ਮਾਪੇ ਦਾ ਆਪਣਾ ਰੋਲ ਹੈ ਜਿੱਤੇ ਫਰੈਂਡਸ ਹੈਗੇ ਨੇ ਉਹਨਾਂ ਦਾ ਆਪ ਦਾ ਰੋਲ ਹੈਗਾ ਹੁਣ ਅਸੀਂ ਇਹੀ ਸੁਜੈਸਟ ਕਰਦੇ ਆ ਕਿ ਜਿਹੜੇ ਸਕੂਲ ਹੈਗੇ ਨੇ ਸਕੂਲ ਦਾ ਬਹੁਤ بڑا ਔਰ ਕਾਲਜ ਦਾ ਬਹੁਤ بڑا ਰੋਲ ਹੈਗਾ ਜੇ ਅਸੀਂ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਹੈਗੀ ਅਸੀਂ ਇਹਨੂੰ ਹੀ ਕੰਟਰੋਲ ਕਰ ਲਈਏ ਇਹਨਾਂ ਨੂੰ ਹੀ ਅਸੀਂ ਇਸ ਤੋਂ ਇਹਦੀ ਬੁਰਾਈ ਦੇ ਬਾਰੇ ਦੱਸਦੇ ਰਹੀਏ ਉਹਨਾਂ ਨੂੰ ਅਵੇਅਰ ਕਰਦੇ ਰਹੀਏ ਕਿ ਭਈ ਇਸ ਦੇ ਇਹ ਨੁਕਸਾਨ ਹੈਗੇ ਨੇ ਇਹ ਜੇ ਤੁਸੀਂ ਇਹ ਲੈਨੇ ਹੋ ਤਾਂ ਇਹ ਨਸ਼ੇ ਦਾ ਅੱਗੇ ਜਾ ਕੇ ਤੁਹਾਨੂੰ ਕੀ ਨੁਕਸਾਨ ਆਣਗੇ ਉਹਨਾਂ ਨੂੰ ਅਵੇਅਰ ਕਰ ਲਈਏ ਤਾਂ ਨਹੀਂ ਉਹ ਉਧਰ ਨੂੰ ਜਾਣ ਹੀ ਨਾ ਕਿਉਂਕਿ ਇੱਕ ਵਾਰ ਬੰਦਾ ਜਿਹੜਾ ਇਸ ਸਾਈਡ ਨੂੰ ਤੁਰ ਪਿਆ ਹੈਗਾ ਤੇ ਉਹਨੂੰ ਵਾਪਸ ਖਿੱਚ ਕੇ ਉੱਥੋਂ ਲੈ ਕੇ ਆਉਣਾ ਬੜਾ ਮੁਸ਼ਕਲ ਹੋ ਜਾਂਦਾ ਹੈਗਾ ਸਾਡੀ ਫੇਲੀ ਪ੍ਰਾਇੋਰਟੀ ਇਹੀ ਹੋਣੀ ਚਾਹੀਦੀ ਹੈ ਕਿ ਅਸੀਂ ਉਧਰ ਨੂੰ ਘੱਟ ਤੋਂ ਘੱਟ ਲੋਕਾਂ ਨੂੰ ਜਾਨ ਦੀ ਲਈ ਰੱਖੀਏ ਤੇ ਦੂਸਰਾ ਪਰਿਵਾਰ ਦਾ ਇਹਦੇ ਵਿੱਚ ਬਹੁਤ بڑا ਰੋਲ ਹੈਗਾ ਨਾਰਮਲੀ ਮਾਪੇ ਦਾ ਰੋਲ ਇਹ ਆਉਂਦਾ ਕਿ ਜੇ ਸਾਡਾ ਬੱਚਾ ਬਾਹਰ ਜਾ ਰਿਹਾ ਹੈਗਾ ਕਿੱਥੇ ਉਹ ਜਾ ਕੇ ਆ ਰਿਹਾ ਕੀ ਕਿਹਨਾਂ ਲੋਕਾਂ ਚ ਮਿਲ ਰਿਹਾ ਉੱਠ ਰਿਹਾ ਬੈਠ ਰਿਹਾ ਉਹਨੂੰ ਅਸੀਂ ਕਿੰਨਾ ਪੈਸਾ ਦੇ ਰਹੇ ਹਾਂ ਉਹਦੀ ਜੇ ਕੋਈ ਹੈਬਿਟ ਦੇ ਵਿੱਚ ਕੋਈ ਡਿਫਰੈਂਸ ਹੋ ਉਹ ਨੋਟਿਸ ਕਰਦੇ ਨੇ ਤਾਂ ਇਹ ਚ ਮਾਪੇ ਨੂੰ ਅਵੇਅਰ ਹੋਣਾ ਚਾਹੀਦਾ ਹੈਗਾ ਪਰ ਅੱਜ ਕੱਲ ਕੀ ਹੈ ਕਿ ਕਿਤੇ ਹੱਦ ਤੱਕ ਮਾਪੇ ਆਪਣੇ ਆਪ ਨੂੰ ਦੂਸਰੀ ਸਾਈਡ 'ਚ ਵਿਅਸਤ ਰੱਖ ਰਹੇ ਨੇ ਜੋਨਾਰੇ ਬੱਚਿਆਂ ਕੰਨੀ ਰਿਸਪਾਂਸਿਬਿਲਟੀ ਜਿੰਨੀ ਉਹਨਾਂ ਨੂੰ ਦੇਣਾ ਚਾਹੀਦਾ ਧਿਆਨ ਦੇਣਾ ਚਾਹੀਦਾ ਸ਼ਾਇਦ ਉਹਨਾਂ ਨਹੀਂ ਦੇ ਪਾ ਰਹੇ ਜਿਹਦੇ ਕਰਕੇ ਸ਼ਾਇਦ ਇਹਦਾ ਇੱਕ ਨੁਕਸਾਨ ਹੋ ਰਿਹਾ ਹੈ। ਇਹਨਾਂ ਅਸਿਸਟੈਂਟ ਡਾਇਰੈਕਟਰ ਐਨਸੀਬੀ ਚੰਡੀਗੜ੍ਹ ਦੇ ਜਿਨ੍ਹਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਸਮਾਜ ਨੂੰ ਕਿਤੇ ਨ ਕਿਤੇ ਜਾਗਰੂਕ ਹੋਣਾ ਪਵੇਗਾ। ਅਸੀਂ ਨੌਜਵਾਨਾਂ ਦੇ ਨਾਲ ਗੱਲ ਕੀਤੀ ਸੀਨੀਅਰ ਅਧਿਕਾਰੀਆਂ ਦੇ ਨਾਲ ਵੀ ਗੱਲ ਕਰ ਲਈ ਕਿਤੇ ਨਾ ਕਿਤੇ ਪੰਜਾਬ ਨੂੰ ਜਿਹੜਾ ਚਿੱਟਾ ਆ ਉਹ ਕਾਲੇ ਦਿਨ ਦਿਖਾ ਰਿਹਾ। ਉਮੀਦ ਹੈ ਕਿ ਲੋਕ ਜਾਗਰੂਕ ਹੋਣਗੇ ਸਮਾਜ ਜਾਗਰੂਕ ਹੋਵੇਗਾ ਤਾਂ ਹੀ ਇਸ ਨਸ਼ੇ ਨੂੰ ਠੱਲ ਪਾਈ ਜਾ ਸਕੇਗੀ।